ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਖੇਮਕਰਨ ਦਾ 30 ਸਾਲਾਂ ਨਾਇਕ ਬਲਵੀਰ ਸਿੰਘ, ਜੋ ਕਿ ਕਈ ਸਾਲਾਂ ਤੋਂ ਫੌਜ ਦੀ ਨੌਕਰੀ ਕਰਦਾ ਰਿਹਾ ਸੀ, ਫੌਜ ਦੀ ਡਿਊਟੀ ਦੌਰਾਨ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਆਇਆ ਹੋਇਆ ਸੀ, ਜਿਸ ਦੀ ਹਾਰਟ ਅਟੈਕ ਕਾਰਨ ਬੀਤੀ ਰਾਤ ਮੌਤ ਹੋ ਗਈ। ਇਸ ਦੌਰਾਨ ਉਹਨਾਂ ਦੀ ਮ੍ਰਿਤਕ ਦੇ ਤਿਰੰਗੇ ਝੰਡੇ ਵਾਲੇ ਬਕਸੇ ਵਿੱਚ ਪਿੰਡ ਪੁੱਜਣ 'ਤੇ ਪਿੰਡ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਗਮਗੀਨ ਹੋ ਗਿਆ। ਇਸ ਮੌਕੇ ਤੇ ਯੂਨਿਟ ਵੱਲੋਂ ਆਏ ਸੂਬੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਬਲਵੀਰ ਸਿੰਘ ਦੀ ਅਚਾਨਕ ਹਾਰਟ ਅਟੈਕ ਕਰਕੇ ਮੌਤ ਹੋ ਗਈ ਹੈ। ਇਸ ਦੌਰਾਨ ਫੌਜ ਵਿੱਚ ਬਲਵੀਰ ਸਿੰਘ ਦੇ ਸਾਥੀ ਫੌਜੀ ਨਾਇਕ ਜਸਮੀਤ ਸਿੰਘ ਨੇ ਕਿਹਾ ਕਿ ਬਲਵੀਰ ਸਿੰਘ ਆਪਣੀ ਨੌਕਰੀ ਪੂਰੀ ਇਮਾਨਦਾਰੀ ਨਾਲ ਕਰ ਰਿਹਾ ਸੀ। ਮੈਂ ਸੂਬੇਦਾਰ ਕੁਲਦੀਪ ਸਿੰਘ, 79 ਮੀਡੀਅਮ ਰੈਜੀਮੈਂਟ, ਇਹ ਮੇਰੇ ਨਾਲ ਬਲਵੀਰ ਸਿੰਘ 12 ਸਾਲ ਤੋਂ ਸਰਵਿਸ ਕਰ ਰਹੇ ਸੀਗੇ। ਬਹੁਤ ਵਧੀਆ ਜਵਾਨ ਸੀਗੇ, ਬਹਾਦਰ ਜਵਾਨ ਸੀਗੇ। ਅਚਾਨਕ ਇਹਨਾਂ ਨੂੰ ਦਿਲ ਦਾ ਦੌਰਾ ਪੈਣ ਨਾਲ ਇਹਨਾਂ ਦੀ ਮੌਤ ਹੋ ਗਈ। ਅਸੀਂ ਇਸ ਪਿੰਡ ਦੇ ਵਿੱਚ ਆ ਕੇ ਪੂਰਾ ਸੰਗਤਾਂ ਨੇ ਸਹਿਯੋਗ ਦਿੱਤਾ ਅਤੇ ਸ਼ਰਧਾਂਜਲੀ ਭੇਟ ਕੀਤੀ। ਅਸੀਂ ਨੇ ਹੋਰ ਵੀ ਯੂਨਿਟਾਂ ਦੇ ਸਾਡੇ ਨਾਲ ਪਾਰਟੀਆਂ ਪਹੁੰਚੀਆਂ। ਸਰ, ਅਗਲੀ ਕਾਰਵਾਈ ਕੀ ਹੋਏਗੀ? ਬਾਕੀ ਜੋ ਰੈਜੀਮੈਂਟ ਦੇ ਹੋ ਸਕਦੇ। ਹਾਂਜੀ ਸਰ, ਮੈਂ ਨਾਇਕ ਜਸਮੀਤ ਸਿੰਘ, 79 ਮੀਡੀਅਮ ਰੈਜੀਮੈਂਟ। ਨਾਇਕ ਬਲਵੀਰ ਸਿੰਘ ਮੇਰੇ ਸਾਥ ਹੀ, ਇੱਕ ਮਹੀਨੇ ਤੋਂ ਇਕੱਠੇ ਇੱਧਰ ਉਧਮਪੁਰ ਸ਼੍ਰੀਨਗਰ ਘੁੰਮ ਰਹੇ ਹਾਂ ਚੰਡੀਗੜ੍ਹ, ਅਤੇ ਇਹਨੇ ਰਾਤ ਨੂੰ ਖਾਣਾ ਖੁਣਾ ਖਾ ਕੇ ਸੁੱਤਾ ਹੈ। ਉਸ ਸਵੇਰੇ ਸੁਬਹਾ ਅਚਾਨਕ ਹੀ ਇਸਕੋ ਦੇਖਿਆ ਅਤੇ ਹਾਰਟ ਅਟੈਕ ਦੀ ਪ੍ਰੋਬਲਮ ਹੋ ਗਈ ਸੀ, ਤਾਂ ਮਿੰਟਰੀ ਹੋਸਪਿਟਲ ਲੈ ਕੇ ਆ, ਉੱਥੇ ਜਾ ਕੇ ਇਸਕੀ ਡੈਥ ਹੋ ਗਈ। ਇਸ ਮੌਕੇ 'ਤੇ ਬਲਵੀਰ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਕਿ ਉਹ 2 ਮਹੀਨੇ ਪਹਿਲਾਂ ਹੀ ਪਰਿਵਾਰ ਨੂੰ ਮਿਲ ਕੇ ਘਰੋਂ ਹੱਸਦੇ ਖੇਡਦੇ ਗਏ ਸਨ ਅਤੇ ਡਿਊਟੀ ਦੌਰਾਨ ਹੀ ਉਹਨਾਂ ਦੀ ਹਾਰਟ ਅਟੈਕ ਕਰਕੇ ਮੌਤ ਹੋ ਗਈ ਹੈ। ਕੋਰੋਨਾ ਦੀ ਡਿਊਟੀ ਦੌਰਾਨ ਹੀ ਡੈਥ ਹੋਈ, ਇੱਥੋਂ ਤੇ ਹੱਸਦੇ ਖੇਡਦੇ ਗਏ 2 ਮਹੀਨੇ ਪਹਿਲਾਂ ਮੁੰਡੇ ਨੂੰ ਵੇਖ ਕੇ, ਇੱਥੋਂ ਤੇ ਹੱਸਦੇ ਖੇਡਦੇ ਗਏ, ਡਿਊਟੀ ਦੌਰਾਨ ਹੀ ਡੈਥ ਹੋਈ ਉਹਨਾਂ ਦੀ। ਵੀਰ ਜੀ, ਕਿੰਨੇ ਸਾਲ ਦਾ ਬੱਚਾ ਜੀ? ਬੱਚਾ ਮੇਰੇ ਨੂੰ 19 ਤਰੀਕ ਨੂੰ 6ਵਾਂ ਮਹੀਨਾ ਲੱਗਾ, ਅਜੇ 19 ਤਰੀਕ ਨੂੰ। ਰੰਗਲਾ ਟੀਵੀ ਲਈ ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ।